6 ਫਲਸਤੀਨੀ ਕੈਦੀ ਇਜ਼ਰਾਈਲ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ੍ਹ ਤੋਂ ਭੱਜ ਗਏ ਨੇ। ਹੁਣ ਇਜ਼ਰਾਈਲੀ ਅਧਿਕਾਰੀ ਰਾਤੋ ਰਾਤ ਭੱਜਣ ਵਾਲੇ ਇਨ੍ਹਾਂ ਕੈਦੀਆਂ ਨੂੰ ਫੜਨ ਦੇ ਲਈ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਇਹ ਫਲਸਤੀਨੀ ਇਜ਼ਰਾਈਲ ਦੇ ਗਿਲਬਾ ਜੇਲ੍ਹ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੁਰੰਗ ਖੋਦ ਰਹੇ ਸਨ। ਇਸ ਘਟਨਾ ਦੀ ਤੁਲਨਾ ਹਾਲੀਵੁੱਡ ਦੀ ਕਿਸੇ ਥ੍ਰਿਲਰ ਫਿਲਮ ਦੇ ਨਾਲ ਕੀਤੀ ਜਾ ਰਹੀ ਹੈ। ਕੈਦੀਆਂ ਦੇ ਭੱਜਣ ਦੀ ਖਬਰ ਸੁਣ ਕੇ ਫਲਸਤੀਨੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਜਸ਼ਨ ਮਨਾਉਂਦੇ ਹੋਏ ਸੜਕਾਂ ਤੇ ਆ ਗਏ ਨੇ। ਇਨ੍ਹਾਂ ਕੈਦੀਆਂ ਦੇ ਭੱਜਣ ਦੀ ਜਾਣਕਾਰੀ ਇਜ਼ਰਾਈਲੀ ਅਧਿਕਾਰੀਆਂ ਨੂੰ ਉਸ ਵੇਲੇ ਮਿਲੀ ਜਦੋਂ ਕੁਝ ਕਿਸਾਨਾਂ ਨੇ ਉਨ੍ਹਾਂ ਨੂੰ ਖੇਤਾਂ ਦੇ ਵਿੱਚੋਂ ਭੱਜਦੇ ਹੋਏ ਵੇਖਿਆ। ਜੇਲ੍ਹ ਦੇ ਸਟਾਫ ਨੇ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਤਾਂ ਉਸ ਦੇ ਵਿੱਚ 6 ਲੋਕ ਲਾਪਤਾ ਸਨ। ਭੱਜਣ ਵਾਲੇ ਕੈਦੀਆਂ ਦੇ ਵਿੱਚ 5 ਇਸਲਾਮਿਕ ਜਿਹਾਦ ਦੇ ਮੈਂਬਰ ਸਨ ਅਤੇ ਇੱਕ ਫਲਸਤੀਨੀ ਅੱਤਵਾਦੀ ਸੰਗਠਨ ਅਲ ਅਕਸਾ ਮਾਰਟਿਸ ਬ੍ਰਿਗੇਡ ਦਾ ਸਾਬਕਾ ਆਗੂ ਸੀ। ਇਜ਼ਰਾਈਲੀ ਜੇਲ੍ਹ ਸੇਵਾ ਦੀ ਇੱਕ ਅਧਿਕਾਰੀ ਨੇ ਇਸ ਘਟਨਾ ਨੂੰ ਵੱਡੀ ਸੁਰੱਖਿਆ ਅਤੇ ਖੁਫੀਆ ਕਮਜ਼ੋਰੀ ਦੱਸਿਆ। ਉੱਥੇ ਹੀ ਫਲਸਤੀਨੀ ਅੱਤਵਾਦੀ ਗੁੱਟਾਂ ਨੇ ਇਸ ਨੂੰ ਜਾਂਬਾਜ਼ ਕਿਹਾ। ਮੰਨਿਆ ਜਾ ਰਿਹਾ ਹੈ ਕਿ ਫਲਸਤੀਨੀ ਕੈਦੀਆਂ ਨੇ ਆਪਣੇ ਬਾਥਰੂਮ ਦੇ ਫਰਸ਼ ਤੋਂ ਹੁੰਦੇ ਹੋਏ ਇੱਕ ਸੁਰੰਗ ਖੋਦੀ ਜੋ ਕਿ ਜੇਲ੍ਹ ਦੇ ਬਾਹਰ ਜਾ ਕੇ ਨਿਕਲੀ। ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਜ਼ਰਾਈਲੀ ਅਧਿਕਾਰੀ ਇੱਕ ਸਿੰਕ ਦੇ ਹੇਠਾਂ ਇੱਕ ਛੋਟੀ ਜਿਹੀ ਮੋਰੀ ਅਤੇ ਜੇਲ੍ਹ ਦੀ ਕੰਧਾਂ ਦੇ ਨਾਲ ਲੱਗਦੀ ਸੜਕ ਤੇ ਦੂਜੀ ਮੋਰੀ ਦੀ ਜਾਂਚ ਕਰ ਰਹੇ ਨੇ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਫਲਸਤੀਨੀ ਕੈਦੀਆਂ ਨੇ ਕਿਸੇ ਤਰ੍ਹਾਂ ਜੇਲ੍ਹ ਦੇ ਬਾਹਰ ਲੋਕਾਂ ਦੇ ਨਾਲ ਸੰਪਰਕ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਜੇਲ੍ਹ ਦੇ ਵਿੱਚ ਮੋਬਾਈਲ ਦਾ ਇਸਤੇਮਾਲ ਕੀਤਾ ਅਤੇ ਫੋਨ ਕਰਕੇ ਕਾਰ ਵੀ ਬੁਲਾਈ। ਟਾਈਮਜ਼ ਆਫ ਇਜ਼ਰਾਈਲ ਅਖਬਾਰ ਦੇ ਅਨੁਸਾਰ ਇਨ੍ਹਾਂ 6 ਲੋਕਾਂ ਦੇ ਵਿੱਚ 5 ਇਜ਼ਰਾਈਲੀ ਨਾਗਰਿਕ ਦੇ ਉੱਤੇ ਘਾਤਕ ਹਮਲੇ ਦੇ ਸਿਲਸਿਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ। ਇਨ੍ਹਾਂ ਦੇ ਵਿੱਚ 1 ਕੈਦੀ ਦੇ ਉੱਤੇ ਕਤਲ ਦੀ ਕੋਸ਼ਿਸ਼ ਸਣੇ 2 ਦਰਜਨ ਅਪਰਾਧਾਂ ਦੇ ਲਈ ਮੁਕੱਦਮੇ ਚੱਲ ਰਹੇ ਸਨ। ਫਲਸਤੀਨੀ ਕੈਦੀਆਂ ਨੂੰ ਫੜਨ ਦੇ ਕੰਮ ਦੇ ਵਿੱਚ ਲੱਗੀ ਇਜ਼ਰਾਈਲੀ ਸੁਰੱਖਿਆ ਪੁਲਿਸ ਅਤੇ ਸੈਨਾ ਦੇ ਜਵਾਨਾਂ ਨੇ ਇਨ੍ਹਾਂ ਨੂੰ ਕਬਜ਼ੇ ਵਾਲੇ ਵੈਸਟ ਬੈਂਕ ਜਾਂ ਫਿਰ ਜਾਰਡਨ ਪਹੁੰਚਣ ਦੇ ਵਿੱਚ ਰੋਕਣ ਦੇ ਲਈ ਰਸਤਿਆਂ ਦੇ ਉੱਤੇ ਬੈਰੀਕੇਡ ਲਗਾ ਦਿੱਤੇ ਨੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨਫਤਾਲੀ ਬੈਨਟ ਨੇ ਸੁਰੱਖਿਆ ਮੰਤਰੀ ਉਮਰ ਬਰਲੇਵ ਦੇ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ। ਇਸਲਾਮਿਕ ਜਿਹਾਦ ਗਰੁੱਪ ਨੇ ਕੈਦੀਆਂ ਦੇ ਭੱਜਣ ਦੀ ਘਟਨਾ ਨੂੰ ਜਾਬਾਜ਼ੀ ਭਰਿਆ ਦੱਸਿਆ ਅਤੇ ਕਿਹਾ ਕਿ ਇਸ ਦੇ ਨਾਲ ਇਜ਼ਰਾਈਲੀ ਰੱਖਿਆ ਤੰਤਰ ਨੂੰ ਧੱਕਾ ਲੱਗੇਗਾ। ਫਲਸਤੀਨੀ ਸੰਗਠਨ ਹਮਾਸ ਦੇ ਬੁਲਾਰੇ ਨੇ ਇਸ ਨੂੰ ਵੱਡੀ ਜਿੱਤ ਦੱਸਿਆ ਅਤੇ ਕਿਹਾ ਕਿ ਸਾਡੇ ਬਹਾਦੁਰ ਸੈਨਿਕਾਂ ਦੀ ਇੱਛਾ ਅਤੇ ਲਗਨ ਨੂੰ ਦੁਸ਼ਮਣ ਜੇਲ੍ਹ ਦੇ ਵਿੱਚ ਵੀ ਨਹੀਂ ਹਰਾ ਸਕੇ। ਖਬਰ ਏਜੰਸੀ ਰੋਇਟਰਸ ਦੇ ਅਨੁਸਾਰ ਗਜ਼ਾ ਦੇ ਵਿੱਚ ਇਸਲਾਮਿਕ ਜਿਹਾਦ ਦੇ ਸਮਰਥਕਾਂ ਨੇ ਖੁਸ਼ੀ ਮਨਾਉਂਦੇ ਹੋਏ ਮਿਠਾਈ ਵੀ ਵੰਡੀ।